ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਜਿਹੜਾ ਤੁਸੀਂ ਸਾਹਮਣੇ ਇੰਪਲੀਮੈਂਟ ਦੇਖ ਰਹੇ ਹੋ ਤਵੀਆਂ, ਇਹਨੂੰ ਡਿਸਕਾਂ ਵੀ ਕਹਿ ਦਿੰਦੇ ਹੈ, ਇਹਨਾਂ ਦੇ ਜਦੋਂ ਆਪਾਂ ਨਵੇਂ ਤਵੇ ਪਾਉਣੇ ਹੈ, ਤਵੇ ਜਦੋਂ ਘਸ ਜਾਂਦੇ ਆ ਉਸ ਸਮੇਂ ਆਪਾਂ ਨੂੰ ਨਵੇਂ ਤਵੇ ਪਾਉਣੇ ਪੈਂਦੇ ਹੈ, ਤਾਂ ਉਹਨਾਂ ਦਾ ਕਿੰਨਾ ਖਰਚਾ ਆਉਂਦਾ, ਨਾਲ ਉਹਨਾਂ ਦੇ ਕਿਹੜਾ ਕਿਹੜਾ ਹੋਰ ਕੰਮ ਕਰਵਾਉਣਾ ਪੈਂਦਾ, ਅਤੇ ਤਵੇ ਹੈ ਜਿਹੜੇ ਉਹ ਆਪਾਂ ਨੂੰ ਕਿਹੜੀ ਕੰਪਨੀ ਦੇ ਲੈਣੇ ਚਾਹੀਦੇ, ਉਹਨਾਂ ਦੀ ਗਰੰਟੀ ਕਿਸ ਹਿਸਾਬ ਦੇ ਨਾਲ ਹੁੰਦੀ ਹੈ, ਕਿੰਨੇ ਇੰਚ ਤਵੇ ਜਿਹੜੇ ਆ ਉਹ ਪੈਂਦੇ ਹੈ, ਹੋਰ ਕੀ ਕੰਮ ਹੁੰਦਾ, ਉਹ ਕਿੰਨਾ ਖਰਚਾ ਆਉਂਦਾ, ਹਰੇਕ ਚੀਜ਼ ਦਾ ਜਿਹੜਾ ਰੇਟ ਆ ਉਹ ਵੀ ਸ਼ੇਅਰ ਕਰਕੇ ਟੋਟਲ ਕਿੰਨਾ ਖਰਚਾ ਆਉਂਦਾ, ਇਹ ਸਭ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰੀ ਲਾਸਟ ਤੱਕ ਦੇਖਿਓ। ਤੁਸੀਂ ਦੇਖ ਰਹੇ ਹੋ ਯੂਟਿਊਬ 'ਤੇ ਬੀ ਫਾਰਮਰ ਚੈਨਲ ਨੂੰ, ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰੋ। ਕਿਸਾਨ ਭਰਾਵੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤਵਿਆਂ ਦੀ। ਇਹ ਜਿਹੜੇ ਤੁਸੀਂ ਤਵੇ ਦੇਖ ਰਹੇ ਹੋ ਇਹ 24 ਇੰਚ ਤਵਾ ਹੈ। ਇਸ ਕੰਨੀ ਤੋਂ ਲੈ ਕੇ ਥੱਲੇ ਵਾਲੀ ਕੰਨੀ ਤੱਕ ਇਹਦੀ ਜਿਹੜੀ ਲੰਬਾਈ ਹੁੰਦੀ ਹੈ ਉਹ 24 ਇੰਚ ਹੁੰਦੀ ਹੈ। ਇਹ ਡਬਲ ਗੈਂਡਾ, ਡਬਲ ਹਿੱਪੋ, ਕੋਸਕੋ, ਕਰੋਕੋਡਾਈਲ ਕਈ ਕੰਪਨੀਆਂ ਦੇ ਆਉਂਦੇ ਹੈ, ਪਰ ਆਪਣੇ ਜਿਹੜੀਆਂ ਤਵੀਆਂ ਦੇ ਤਵੇ ਸੀ ਉਹ ਪਹਿਲਾਂ ਡਬਲ ਗੈਂਡਾ ਕੰਪਨੀ ਦੇ ਸੀਗੇ, ਤਾਂ ਇਸ ਕਰਕੇ ਆਪਾਂ ਉਹੀ ਲੈ ਕੇ ਆਏ ਹਾਂ। ਰੰਗ ਦਾ ਕੋਈ ਮੈਟਰ ਨਹੀਂ ਹੁੰਦਾ, ਰੰਗ ਕਾਲਾ ਵੀ ਆਉਂਦਾ, ਲਾਲ ਵੀ ਆਉਂਦਾ। ਇਸ ਤੋਂ ਇਲਾਵਾ ਇਹਨਾਂ ਦਾ ਵਜ਼ਨ ਦੀ ਗੱਲ ਹੁੰਦੀ ਹੈ, ਤਿੰਨ ਕੁਆਲਿਟੀਆਂ ਦੇ ਵਿੱਚ ਆਉਂਦੇ ਹੈ, ਇੱਕ ਆਉਂਦਾ 9 ਕਿਲੋ ਦਾ, ਇੱਕ ਆਉਂਦਾ 10 ਕਿਲੋ, ਅਤੇ ਇੱਕ ਆਉਂਦਾ 10.5 ਕਿਲੋ। 10.5 ਕਿਲੋ ਦਾ ਜਿਹੜਾ ਤਵਾ ਉਹ ਡਬਲ ਹਿੱਪੋ ਦੇ ਵਿੱਚ ਮਿਲਦਾ। ਇਹਦੇ ਜਿਹੜੀ ਆ ਸਟੈਂਪ ਲੱਗੀ ਹੋਈ ਹੈ, ਇੱਥੋਂ ਕੰਪਨੀ ਦਾ ਪਤਾ ਲੱਗਦਾ। ਸਟੀਕਰ ਹੈ ਜਿਹੜਾ, ਸਟੀਕਰ ਤਾਂ ਪੱਟਿਆ ਵੀ ਜਾਂਦਾ ਅਤੇ ਲੱਗ ਵੀ ਜਾਂਦਾ, ਕੋਈ ਵੱਡੀ ਗੱਲ ਨਹੀਂ, ਇਹਨੂੰ ਆਪਾਂ ਪੱਟ ਕੇ ਕਿਸੇ ਦਾ ਵੀ ਲਾ ਸਕਦੇ ਹਾਂ। ਪਰ ਜਿਹੜੀ ਆਹ ਚੀਜ਼ ਹੈ, ਆਹ ਤੁਸੀਂ ਦੇਖ ਸਕਦੇ ਹੋ, ਇਹ ਡਬਲ ਗੈਂਡਾ ਬਣਿਆ ਹੋਇਆ, ਇਹ ਇਹਦੀ ਨਿਸ਼ਾਨੀ ਹੁੰਦੀ ਹੈ। ਇਸ ਤੋਂ ਬਾਅਦ ਇਹਦਾ ਜਿਹੜਾ ਵੇਟ ਹੈ ਉਹ ਕਿਸੇ ਤਵੇ ਦਾ 10 ਕਿਲੋ, ਇਹ ਜਿਹੜਾ ਤਵਾ 10 ਕਿਲੋ ਦਾ, ਤਾਂ ਇਹਦਾ ਜਿਹੜਾ ਟੋਟਲ ਵੇਟ ਹੈ, ਜੇ ਆਪਾਂ 14 ਤਵੀਆਂ ਵਾਸਤੇ ਲੈਂਦੇ ਹਾਂ ਤਾਂ 1 ਕੁਇੰਟਲ 40 ਕਿਲੋ, ਜੇ ਤੁਸੀਂ 16 ਤਵੀਆਂ ਵਾਸਤੇ ਲੈ ਰਹੇ ਹੋ ਤਾਂ 1 ਕੁਇੰਟਲ 60 ਕਿਲੋ। ਤਵੇ ਦਾ ਵੇਟ ਜਿਹੜਾ 10 ਕਿਲੋ ਵਾਲਾ ਤਵਾ ਹੈ ਉਹ 100 ਗ੍ਰਾਮ ਘੱਟ, ਕੋਈ ਤਵਾ 100 ਗ੍ਰਾਮ ਵੱਧ, ਇੰਨਾ ਫਰਕ ਰਹਿ ਜਾਂਦਾ। ਤਾਂ ਤਵੇ ਜਿਹੜੇ ਆਪਣੇ 14 ਤਵੀਆਂ, ਜਿਹੜਾ ਇਹ ਤੁਸੀਂ ਸੈੱਟ ਦੇਖ ਰਹੇ ਹੋ 14 ਤਵੀਆਂ ਦਾ, ਤਾਂ 14 ਤਵੇ ਹੈ ਜਿਹੜੇ, ਇਹ ਆਪਾਂ ਨੂੰ 14,000 ਦੇ ਪਏ ਹੈ, 1,000 ਰੁਪਏ ਦਾ ਤਵਾ ਹੈ। ਜੇ ਤੁਸੀਂ 9 ਕਿਲੋ ਵਾਲਾ ਲੈਣੇ ਹੋ ਤਾਂ 50-60 ਰੁਪਏ ਸਸਤਾ ਮਿਲ ਜਾਂਦਾ, ਜੇ ਤੁਸੀਂ 10.5 ਕਿਲੋ ਵਾਲਾ ਲੈਂਦੇ ਹੋ ਅਤੇ ਡਬਲ ਹਿੱਪੋ ਦਾ ਲੈਂਦੇ ਹੋ ਤਾਂ ਉਹ ਤੁਹਾਨੂੰ 1,000-1,500 ਰੁਪਏ ਦਾ ਮਿਲ ਜਾਂਦਾ, 50 ਰੁਪਏ ਉੱਤੇ ਥੱਲੇ ਏਵਰੇਜ ਜਿਹੜਾ ਹੈਗਾ, 1,000 ਰੁਪਏ ਇੱਕ ਤਵੇ ਦਾ ਰੇਟ ਹੈ। ਤੁਸੀਂ ਤੁਹਾਡੇ ਕੋਲ ਜੇ 16 ਤਵੀਆਂ ਤਾਂ ਉਹਨਾਂ ਦਾ 16,000 ਰੁਪਏ ਦੇ ਤਵੇ ਹੋ ਗਏ। ਉਸ ਤੋਂ ਬਾਅਦ ਕਿਸਾਨ ਭਰਾਵੋ ਗੱਲ ਕਰਦੇ ਹਾਂ ਇਹਨਾਂ ਦੀ ਗਰੰਟੀ ਦੀ। ਇਹਨਾਂ ਦੀ ਜਿਹੜੀ ਗਰੰਟੀ ਹੈ ਇਹ ਸਟੈਂਪ ਤੱਕ ਹੁੰਦੀ ਹੈ, ਇਸ ਤੱਕ ਘਸਣ ਤੱਕ, ਜੇ ਕੋਈ ਵੀ ਇੱਥੋਂ ਕੱਟ ਨਿਕਲਦਾ, ਟੁੱਟਦਾ, ਬੁਰਕੀ ਨਿਕਲ ਜਾਂਦੀ ਹੈ ਤਾਂ ਉਸ ਚੀਜ਼ ਦੀ ਗਰੰਟੀ ਹੁੰਦੀ ਹੈ ਜਦੋਂ ਤੱਕ ਇਹ ਮੋਹਰ ਹੈ। ਇਹਦਾ ਬਕਾਇਆ GST ਵਾਲਾ ਬਿੱਲ ਕੱਟਿਆ ਜਾਂਦਾ, ਉਸੇ 'ਤੇ ਗਰੰਟੀ ਕਲੇਮ ਹੁੰਦੀ ਹੈ। ਜਿਹੜਾ ਇਹ ਤੁਸੀਂ ਦੇਖ ਰਹੇ ਹੋ ਇੱਥੋਂ ਅੰਦਰੋਂ ਇੱਥੇ ਸਰਾਖ ਹੁੰਦਾ ਜਿਹਦੇ 'ਚ ਛਾਵਟ ਪੈਂਦੀ ਹੈ, ਉੱਥੋਂ ਜੇ ਟੁੱਟਦਾ ਬੁਰਕੀ ਨਿਕਲਦੀ ਉਹਦੀ ਕੋਈ ਗਰੰਟੀ ਨਹੀਂ ਹੁੰਦੀ। ਦੂਜੀ ਗੱਲ, ਤਵੇ ਲੈਣ ਸਮੇਂ ਆਹ ਚੀਜ਼ ਚੈੱਕ ਕਰ ਲੈਣੀ ਚਾਹੀਦੀ ਹੈ, ਬਦਲੇ ਜਾਂਦੇ ਹੈ, ਦੁਕਾਨਦਾਰ ਬਦਲ ਦਿੰਦਾ, ਪਰ ਜੇਕਰ ਆਪਾਂ ਦੂਰੋਂ ਲੈ ਕੇ ਆਉਣੇ ਤਾਂ ਆਪਣਾ ਜਿਹੜਾ ਖਰਚਾ ਦੁਬਾਰੇ ਹੋ ਜਾਂਦਾ, ਇਸ ਕਰਕੇ ਸਮਾਰ ਕੇ ਚੈੱਕ ਕਰਕੇ ਤਵੇ ਲੈਣੇ ਚਾਹੀਦੇ ਆ। ਤਵਿਆਂ ਤੋਂ ਬਾਅਦ ਆਪਾਂ ਆਉਣੇ ਜੀ ਪਹਿਲਾਂ ਹੱਬਾਂ ਦੇ। ਨਵੇਂ ਤਵੇ ਪਾਉਣ ਵਾਸਤੇ ਆਪਾਂ ਨੂੰ ਪੁਰਾਣੇ ਖੋਲ੍ਹਣੇ ਪੈਣਗੇ, ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਨਾਟ ਹੈ ਜਿਹੜੇ ਹੱਬਾਂ ਵਾਲੇ, ਇਹ ਆਪਾਂ ਨੂੰ ਖੋਲ੍ਹਣੇ ਪੈਣਗੇ, ਤਾਂ ਇਹ ਬਹੁਤ ਘੱਟ ਖੁੱਲ੍ਹਦੇ ਆ, ਤਾਂ ਇਹਨਾਂ ਨੂੰ ਵੱਢਣਾ ਹੀ ਪੈ ਸਕਦਾ ਜਾਂ ਟਾਈਟ ਟਾਈਟ ਖੋਲ੍ਹ ਕੇ ਦੁਬਾਰੇ ਜਦੋਂ ਆਪਾਂ ਪਾਵਾਂਗੇ ਤਾਂ ਇਹ 4 ਹੱਬਾਂ ਦੇ 8 ਨਾਟ ਹੈ ਜਿਹੜੇ ਉਹ ਨਵੇਂ ਪੈਣਗੇ। ਇਹਨਾਂ ਦੀ ਕੀਮਤ 100 ਤੋਂ ਲੈ ਕੇ 150 ਰੁਪਈਆ ਹੈ। ਉਸ ਤੋਂ ਬਾਅਦ ਆਪਾਂ ਥੱਲੇ ਹੱਬ ਕੋਲ ਆਉਣੇ ਹਾਂ। ਹੱਬ ਨੂੰ ਆਪਾਂ ਖੋਲ੍ਹਦੇ ਹਾਂ ਤਾਂ ਢੱਕਣ ਜਿਹੜਾ ਸਭ ਤੋਂ ਪਹਿਲਾਂ ਇਹ ਖੁੱਲ੍ਹਦਾ, ਜੇ ਇਹ ਚਾਰੇ ਢੱਕਣ ਸਹੀ ਹੈ ਤਾਂ ਵਧੀਆ, ਜੇ ਖਰਾਬ ਹੈ ਤਾਂ ਇਹ ਇੱਕ ਢੱਕਣ ਦੀ ਜਿਹੜੀ ਕੀਮਤ ਹੈ ਉਹ 100 ਰੁਪਈਆ ਪੈਂਦੀ ਹੈ।
ਜਿੰਨੇ ਢੱਕਣ ਖਰਾਬ ਹੈ ਤੁਹਾਡੇ ਉਹ ਢੱਕਣ ਉਹਨੇ ਰੇਟ ਦੇ ਹਿਸਾਬ ਨਾਲ ਤੁਹਾਨੂੰ 400 ਰੁਪਏ 300 200 ਦੇ ਹਿਸਾਬ ਨਾਲ ਇਹਦਾ ਖਰਚਾ ਆਊਗਾ। ਉਸ ਤੋਂ ਬਾਅਦ ਹਰ ਇੱਕ ਹੱਬ ਦੇ ਇੱਕ ਬਾਹਰਲੀ ਸਾਈਡ ਬੈਰਿੰਗ ਹੁੰਦਾ, ਇੱਕ ਅੰਦਰਲੀ ਸਾਈਡ ਬੈਰਿੰਗ ਹੁੰਦਾ। ਤਾਂ ਆਪਾਂ ਇਸ ਨੂੰ ਖੋਲ੍ਹਣ ਤੋਂ ਬਾਅਦ ਚਿਗਨਟ ਕੱਢਦੇ ਹਾਂ। ਚਿਗਨਟ 50 ਰੁਪਏ ਦਾ ਚਿਗਨਟ ਆਉਂਦਾ ਵਧੀਆ ਹੈਵੀ ਵਾਲਾ। ਤਾਂ ਇਹ ਜਿਹੜੇ ਚਾਰੇ ਚਿਗਨਟ ਆ ਆਪਾਂ ਨੂੰ ਉਹ ਨਵੇਂ ਪਾਉਣੇ ਪੈਂਦੇ ਆ। ਤਾਂ 200 ਰੁਪਏ ਜਿਹੜਾ ਖਰਚਾ ਉਹ ਚਿਗਨਟ ਦਾ ਆਉਂਦਾ। ਉਸ ਤੋਂ ਬਾਅਦ ਆਪਾਂ ਜਦੋਂ ਬੈਰਿੰਗ ਕੱਢਦੇ ਹਾਂ ਤਾਂ ਇੱਕ ਹੱਬ ਦੇ ਵਿੱਚ 2 ਬੈਰਿੰਗ ਹੁੰਦੇ ਆ, ਤਾਂ 4 ਹੱਬਾਂ ਦੇ ਵਿੱਚ 8 ਬੈਰਿੰਗ ਹੁੰਦੇ ਆ। 8 ਬੈਰਿੰਗਾਂ ਦੇ ਵਿੱਚੋਂ ਕਿੰਨੇ ਬੈਰਿੰਗ ਵਧੀਆ ਪਏ ਹੈ ਤੁਸੀਂ ਉਸ ਹਿਸਾਬ ਦੇ ਨਾਲ ਬੈਰਿੰਗ ਲੈ ਕੇ ਆਉਣੇ ਆ। ਬੈਰਿੰਗਾਂ ਦਾ ਜਿਹੜਾ ਉਤਲਾ ਕੱਪ ਹੈ, ਸੀਟਾਂ ਉੱਤੇ ਵਾਲੀਆਂ ਜਿਹੜੀਆਂ ਹੱਬ ਦੇ ਇੱਥੇ ਰਹਿੰਦੀਆਂ ਗੋਲੀਆਂ ਰੋਕਣ ਵਾਸਤੇ, ਉਹ ਖਰਾਬ ਨਹੀਂ ਹੁੰਦੀਆਂ। ਜੇ ਫਿਰ ਵੀ ਤੁਸੀਂ ਆਪਦੀ ਮਰਜ਼ੀ ਨਾਲ ਬਦਲਣਾ ਚਾਹੁੰਦੇ ਤਾਂ ਬਦਲ ਸਕਦੇ ਹੋ, ਆਪਾਂ ਇਹ ਨਹੀਂ ਬਦਲੀਆਂ। ਆਪਣੇ ਕੋਲ 8 ਬੈਰਿੰਗਾਂ ਦੇ ਵਿੱਚੋਂ 5 ਬੈਰਿੰਗ ਵਧੀਆ ਨਿਕਲ ਗਏ ਸੀ, 5 ਦੇ ਵਿੱਚੋਂ ਵੀ ਜਿਹੜੇ 4 ਬਹੁਤ ਜ਼ਿਆਦਾ ਵਧੀਆ ਸੀ, ਤਾਂ ਆਪਾਂ ਉਹ 4 ਬੈਰਿੰਗ ਉਹ ਵਰਤੇ ਹੈ। 4 ਬੈਰਿੰਗ ਆਪਾਂ ਡਿਸਪੋਜ਼ਲ ਲਏ ਹੈ, ਜਿਹੜੇ ਕਿ 260 ਰੁਪਏ ਦਾ 1 ਬੈਰਿੰਗ ਪਿਆ ਕੱਪ ਤੋਂ। ਤਾਂ 1020 ਰੁਪਏ ਦੇ 4 ਬੈਰਿੰਗ ਹੈ। ਜੇ ਤੁਸੀਂ 8 ਬੈਰਿੰਗ ਬਦਲਦੇ ਹੋ ਤਾਂ 2040 ਰੁਪਏ ਦੇ ਹੋ ਗਏ। ਜੇ ਤੁਸੀਂ ਉਹਨਾਂ ਦੇ ਉੱਤੇ ਕੱਪ ਵੀ ਲੈਂਦੇ ਹੋ ਤਾਂ ਤੁਹਾਡੇ 400 ਦੇ ਕੱਪ ਹੋ ਗਏ। ਤੁਸੀਂ ਇਸ ਹਿਸਾਬ ਦੇ ਨਾਲ ਤੁਹਾਡਾ ਕਿੰਨਾ ਖਰਚਾ ਆਉਂਦਾ ਉਹ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਆ ਅੰਦਰ ਵਾਲਾ ਕੱਪ ਹੈ, ਇਹ ਵਾਲਾ ਕੱਪ, ਇਹ 100 ਰੁਪਏ ਦਾ ਇੱਕ ਕੱਪ ਆਉਂਦਾ। ਇਹ ਜ਼ਿਆਦਾਤਰ ਟੁੱਟਣ ਦੇ ਚਾਂਸ ਹੁੰਦੇ ਕਿਉਂਕਿ ਦੇਗੀ ਦਾ ਇਹ ਖੁੱਲ੍ਹਦਾ ਨੀਗਾ। ਤਾਂ 100 ਰੁਪਏ ਦਾ ਕੱਪ ਇਹ ਆਉਂਦਾ, 4 ਕੱਪ ਇਹ ਲੱਗਦੇ ਆ 400 ਰੁਪਏ ਦੇ। ਇਹਦੇ ਅੰਦਰ ਰਬੜ ਦੀਆਂ ਸੀਟਾਂ ਆਈਆਂ ਹੁੰਦੀਆਂ ਸੀਲਾਂ, ਤਾਂ ਉਹ ਸੀਲ ਜਿਹੜੀ ਇੱਕ ਵਧੀਆ ਕੰਪਨੀ ਲਉਂਗੇ ਤਾਂ 70-80 ਰੁਪਏ ਦੀ ਇੱਕ ਸੀਲ ਆਉਂਦੀ ਹੈ, ਦੇਸੀ ਲਉਂਗੇ ਤਾਂ 40 ਰੁਪਏ ਦੀ ਮਿਲ ਜੂਗੀ। ਤਾਂ 300 ਰੁਪਏ ਦੀਆਂ ਸੀਲਾਂ ਹੋ ਗਈਆਂ। ਉਸ ਤੋਂ ਬਾਅਦ ਆਪਾਂ ਨੂੰ ਜੇਕਰ 535 ਨੰਬਰ ਬੈਰਿੰਗ, ਜਿਵੇਂ ਤੁਸੀਂ ਆ ਹੱਬ ਦੇਖ ਰਹੇ ਹੋ ਵੱਡੀ ਹੱਬ ਵਾਲੀ, ਤਾਂ ਇਹ ਜਿਹੜਾ ਬੈਰਿੰਗ ਹੈ ਇਹਨਾਂ ਦੇ ਵਿੱਚ 535 ਨੰਬਰ ਬੈਰਿੰਗ ਪੈਂਦਾ, ਅਤੇ ਇਹਨਾਂ ਦੇ ਵਿੱਚ 1.25 ਕਿਲੋ ਗਰੀਸ ਲੱਗਦਾ। ਜੇ ਤੁਹਾਡੇ ਕੋਲ ਛੋਟੀਆਂ ਹੱਬਾਂ ਹੈ ਤਾਂ ਉੱਥੇ ਗਰੀਸ ਤੁਹਾਡਾ ਘੱਟ ਲੱਗੂਗਾ, ਇਸ ਕਰਕੇ 1.5-2 ਕਿਲੋ ਗਰੀਸ ਤੁਸੀਂ ਲੈ ਕੇ ਆਓਗੇ, ਜਿਹੜਾ ਕਿ 250 ਰੁਪਏ ਕਿਲੋ ਮਿਲੂਗਾ। ਆਪਾਂ ਜਿਹੜਾ ਗਰੀਸ ਲੈ ਕੇ ਆਏ ਸੀ ਉਹ 200 ਰੁਪਏ ਦਾ ਸੀ, 400 ਦਾ 2 ਕਿਲੋ। ਆਪਾਂ 4 ਬੈਰਿੰਗ ਨਵੇਂ ਪਾਏ ਆ ਡਿਸਪੋਜ਼ਲ, 4 ਉਹੀ ਬੈਰਿੰਗ ਰੱਖੇ ਆ। ਜਿਹੜੀਆਂ ਸ਼ਾਫਟ ਦੀਆਂ ਸੀਟਾਂ ਉਹਨਾਂ ਦੀ ਲੇਬਰ ਹੈ ਜਿਹੜੀ ਉਹ 200 ਤੋਂ ਲੈ ਕੇ 400 ਤੱਕ ਬਣ ਜਾਂਦੀ ਹੈ, ਮਾਲ ਭਰਾਈ ਦੀ ਉੱਤੇ ਵੈਲਡਿੰਗ ਕਰਕੇ ਜਿਹੜਾ ਮਾਲ ਭਰਦੇ ਆ। ਉਹ ਜਿਹੜੀ ਲੇਬਰ ਹੈ ਉਹ ਮਿਸਤਰੀ 'ਤੇ ਡਿਪੈਂਡ ਕਰਦਾ ਕਿੰਨੀ ਲੇਬਰ ਲੈਂਦਾ ਤੁਹਾਡੇ ਕੋਲੋਂ, ਤੁਹਾਡੇ ਏਰੀਏ ਦੇ ਹਿਸਾਬ ਨਾਲ। ਤਾਂ ਆਪਣੇ ਕੋਲ 4 ਹੱਬਾਂ ਦੀ 1000 ਰੁਪਇਆ, ਤੁਸੀਂ 250 ਰੁਪਏ ਐਵਰੇਜ ਲਾ ਲਓ ਤਾਂ 1000 ਰੁਪਇਆ ਉਹ ਬਣ ਗਿਆ। ਇਹ ਤਵੀਆਂ 'ਚ 16 ਚਾਹੇ 14 ਕੋਈ ਫਰਕ ਨਹੀਂ ਪੈਂਦਾ, ਸਮਾਨ ਉਹੀ ਲੱਗਣਾ। ਫਰਕ ਇੱਕ ਚੀਜ਼ ਦਾ ਪੈਂਦਾ, ਉਹ ਹੈਗਾ ਤਵਾ। ਜਿਨ੍ਹਾਂ ਦੇ ਇਹ ਪਿਛਲੀ ਬਾਹਰਲੀ ਹੱਬ ਹੈ ਉਹ ਇੱਥੇ ਅੰਦਰ ਹੁੰਦੀ ਹੈ, ਤਾਂ ਉਹਨਾਂ ਦੇ ਇਹ ਸੀਟਾਂ ਨਹੀਂ ਲੱਗਦੀਆਂ, ਉਹਨਾਂ ਦੇ ਅੰਦਰ ਸ਼ਾਫਟ 'ਤੇ ਇੱਥੇ ਹੱਬ ਲੱਗੀ ਹੋਈ ਹੁੰਦੀ ਹੈ, ਤਾਂ ਇਸ ਕਰਕੇ ਬਾਹਰਲੀ ਸੀਟ ਉਹ ਬਚ ਜਾਂਦੀ ਹੈ, ਤਾਂ ਉਹਦੇ 1 ਸੀਟ ਦਾ ਖਰਚਾ ਜਿਹੜਾ ਘੱਟ ਜਾਂਦਾ। ਇਸ ਹਿਸਾਬ ਦੇ ਨਾਲ ਆਪਣਾ ਜਿਹੜਾ ਖਰਚਾ ਉਹ ਬਣਾ ਸਕਦੇ ਹੋ। ਤਾਂ ਲਮਸਮ ਜਿਹੜਾ ਖਰਚਾ ਹੈ ਇਹ 20,000 ਰੁਪਏ ਆ ਜਾਂਦਾ। ਮਿਸਤਰੀ ਦੀ ਲੇਬਰ ਹੈ ਜਿਹੜੀ ਉਹ 1000 ਰੁਪਏ ਤੋਂ ਲੈ ਕੇ 1500 ਤੱਕ ਇੱਦਾਂ ਇਹਨਾਂ ਦੀ ਖਲਾਈ ਜੜਾਈ ਹੁੰਦੀ ਹੈ। 1000 ਰੁਪਇਆ ਇਹਨਾਂ ਦੀਆਂ ਸੀਟਾਂ ਅਤੇ ਮਾਲ ਭਰੇ ਦਾ ਹੋ ਗਿਆ, ਅਤੇ 1500-1600 ਰੁਪਇਆ ਜਿਹੜਾ ਹੈਗਾ ਖਰਾਤ ਵਾਲਾ ਸੀਟਾਂ ਤਿਆਰ ਕਰਵਾਈ ਦੀਆਂ ਲੈ ਲੈਂਦਾ। ਜੇ ਤੁਸੀਂ ਅੱਧੇ ਬੈਰਿੰਗ ਨਵੇਂ ਅੱਧੇ ਪੁਰਾਣੇ ਰੱਖਦੇ ਹੋ ਤਾਂ ਨਿਸ਼ਾਨੀ ਲਾ ਕੇ ਸੀਟਾਂ ਤਿਆਰ ਕਰਵਾਓ ਤਾਂ ਕਿ ਬੈਰਿੰਗ ਪਾਉਣ ਸਮੇਂ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਆਪਣੇ ਜਿਹੜਾ ਮਗਰਲਾ ਹਿੱਸਾ ਹੈ ਇਹ ਕਾਰ ਵਾਲਾ ਲੱਗਿਆ ਹੋਇਆ, ਇਹਦੇ ਜਿਹੜੇ ਟਾਇਰ ਹੈ ਉਹ ਖਤਮ ਹੈ ਬਿਲਕੁਲ, ਕਿਉਂਕਿ ਇਹ ਤਵੀਆਂ 1 ਸਾਲ ਪਰ ਖੜੀਆਂ ਰਹੀਆਂ ਸੀ। ਤਾਂ ਇਹ ਜਿਹੜੇ ਟਾਇਰ ਆਪਾਂ ਨੂੰ ਇਹ ਨਵੇਂ ਪਾਉਣੇ ਪੈਣਗੇ। ਤਾਂ ਟਾਇਰ 500 ਰੁਪਏ ਦਾ ਇੱਕ ਟਾਇਰ ਵਿਦ ਟੂਪ ਮਿਲ ਜਾਂਦਾ ਤਵੀਆਂ 'ਤੇ ਚੱਲਣ ਵਾਲਾ, ਤਾਂ 1000 ਰੁਪਏ ਦਾ ਖਰਚਾ ਅਲੱਗ ਤੋਂ ਹੈ। ਇਸ ਤੋਂ ਇਲਾਵਾ ਜਿਹੜਾ ਜਿੱਥੇ ਜੁਆਇੰਟ ਹੁੰਦਾ ਤਾਂ ਇੱਥੇ 3 ਸੁਰਾਖ ਕੱਢੇ ਜਾਂਦੇ ਆ ਤਾਂ ਕਿ ਤਵੀਆਂ ਨੂੰ ਜਿਹੜਾ ਅੱਗੇ ਪਿੱਛੇ ਹੈ ਉਹ ਸੈੱਟ ਕਰਨਾ ਸੌਖਾ ਹੋ ਜਾਵੇ, ਤਵੀਆਂ ਦੀ ਲਾਗ ਸਹੀ ਬਣਾਈ ਜਾਵੇ। ਤਾਂ ਉਸ ਸਮੇਂ ਮਿਸਤਰੀ ਨੇ ਇੱਧਰੋਂ ਅਤੇ ਇੱਧਰੋਂ ਸਾਰੇ ਪਾਸੇ ਉਹ ਬੰਦ ਕਰਤਾ ਸੀਗਾ, ਤਾਂ ਇਹਦੇ ਵਿੱਚ ਜਿਹੜਾ ਕਚਰਾ ਪੈਂਦਾ ਸੀ
ਤਾਂ ਉਹ ਇਹਦੇ ਵਿੱਚ ਜਮ੍ਹਾਂ ਹੋ ਕੇ ਇਹ ਪੀਸ ਹੈ ਜਿਹੜਾ ਇਹ ਗਲ ਗਿਆ ਸੀ, ਆਹ ਪੀਸ ਵੀ ਗਲ ਗਿਆ ਸੀ ਅਤੇ ਇਹ ਵੀ ਗਲ ਗਿਆ ਸੀਗਾ। ਤਾਂ ਆਪਾਂ ਇੱਧਰੋਂ ਕਟਿੰਗ ਕਰਵਾ ਕੇ ਮੋਰਾ ਕਢਵਾ ਤਾ ਵੀ ਜਦੋਂ ਆਪਾਂ ਇੱਧਰ ਰੇਤਾ ਪਵੇ ਤਾਂ ਆਪਾਂ ਵਿੱਚ ਪਾਣੀ ਮਾਰ ਕੇ ਸਾਫ਼ ਕਰ ਸਕੀਏ। ਇਸੇ ਤਰ੍ਹਾਂ ਜਿਹੜਾ ਇੱਧਰਲਾ ਜੋੜ ਹੈ ਇੱਥੇ ਮਿੱਟੀ ਫਸਣੇ ਕਰਕੇ ਇਹ ਵੀ ਇੱਥੋਂ ਗਲ ਗਿਆ ਸੀ, ਤਾਂ ਆਪਾਂ ਇਹ ਵੀ ਵਢਾ ਕੇ ਇੱਧਰੋਂ ਕਢਵਾ ਤਾ। ਤੁਸੀਂ ਦੇਖ ਹੀ ਸਕਦੇ ਹੋ ਵੀ ਗਲਿਆ ਹੋਇਆ। ਤਾਂ ਇੱਥੇ ਜਿਹੜਾ ਪੀਸ ਸੀ ਉਹ ਵੀ ਆਪਾਂ ਨਵਾਂ ਲਵਾ ਤਾ। ਇਹਦਾ ਜਿਹੜਾ ਖਰਚਾ ਹੈ ਉਹ ਅਲੱਗ ਤੋਂ ਹੈ, ਇਹਦਾ 1000 ਰੁਪਏ ਖਰਚਾ ਆ ਗਿਆ ਸੀ। ਹੁਣ ਗੱਲ ਕਰਦੇ ਹਾਂ ਆਪਾਂ ਰੰਗ ਦੀ, ਜਿਹੜਾ ਕਿ ਰਹਿ ਗਿਆ ਸੀਜ਼ਨ ਕਰਕੇ ਇੰਨਾ ਟਾਈਮ ਹੀ ਨਹੀਂ ਸੀ ਕਿ ਆਪਾਂ ਰੰਗ ਕਰਵਾ ਸਕੀਏ। ਇਹ ਰੰਗ ਆਪਾਂ ਬਾਅਦ 'ਚ ਕਰਵਾਵਾਂਗੇ। ਇਹਦਾ ਜਿਹੜਾ ਰੰਗ ਦਾ ਖਰਚਾ ਉਹ 1000 ਰੁਪਏ ਵਿੱਧ ਕਰਵਾਈ ਅਤੇ ਰੰਗ ਉਸੇ ਦਾ ਹੀ ਲੈਂਦੇ ਹੈ। ਹੁਣ ਇਹਦਾ ਜਿਹੜਾ ਟੋਟਲ ਖਰਚਾ ਹੈ ਤਾਂ ਜੇ ਆਪਾਂ ਲਾਈਏ ਤਾਂ 14000 ਦੇ ਆਪਣੇ ਤਵੇ ਆ ਗਏ। ਜਿਹੜੀਆਂ ਬਾਹਰਲੀਆਂ ਹੱਬਾਂ ਦੇ ਕੱਪ ਹੈ ਉਹ 400 ਰੁਪਏ ਦੇ ਆ ਗਏ। ਉਹ ਵੱਧ ਘੱਟ ਤੁਸੀਂ ਕਰ ਲੈਣਾ ਜਿੰਨਾ ਤੁਹਾਡੇ ਲੱਗਦਾ। ਤਾਂ 4 ਕੱਪ ਹੋ ਗਏ, 8 ਬੈਰਿੰਗਾਂ ਦਾ ਜਿਹੜਾ ਹੈਗਾ 2200 ਤੋਂ ਲੈ ਕੇ 2500 ਤੱਕ ਖਰਚਾ ਹੁੰਦਾ। 2200 ਤੁਸੀਂ ਉਹ ਲਾ ਲਓ, ਜੇ ਤੁਹਾਡੇ ਕੋਈ ਬੈਰਿੰਗ 22 ਦੇ ਹੈ ਤਾਂ ਉਹ ਤੁਹਾਡੇ ਘੱਟ ਜਾਣਗੇ। 200 ਦੇ ਚਿਗਨਟ ਹੋ ਗਏ, 400 ਦਾ ਗਰੀਸ ਹੋ ਗਿਆ ਅਤੇ 300 ਦੀਆਂ ਸੀਲਾਂ ਹੋ ਗਈਆਂ। ਇਹ ਲਗਭਗ 3500 ਰੁਪਇਆ ਬਣ ਗਿਆ। ਅਤੇ ਉਸ ਤੋਂ ਇਲਾਵਾ ਜਿਹੜੀ ਲੇਬਰ ਹੈ ਉਹ ਤੁਹਾਡੀ 4000 ਰੁਪਏ ਲੇਬਰ ਬਣ ਗਈ। 4000 ਅਤੇ 3500 ਇਹ ਲਮਸਮ 8000 ਰੁਪਇਆ ਬਣ ਗਿਆ। 14000 ਦੇ ਤਵੇ ਆਏ ਤਾਂ 22000 ਰੁਪਇਆ ਤੁਹਾਡਾ ਬਣ ਗਿਆ। ਜਿਹੜੇ ਪੁਰਾਣੇ ਤਵੇ ਆ ਉਹ 40 ਰੁਪਏ ਵਿਕ ਗਏ, ਆਪਣੇ 52 ਕਿਲੋ ਤਵੇ ਨਿਕਲੇ ਸੀ ਤਾਂ 2100 ਦੇ ਤਵੇ ਉਹ ਹੋ ਗਏ 2080 ਰੁਪਇਆਂ ਦੇ। ਤਾਂ ਇਸ ਹਿਸਾਬ ਨਾਲ ਲਗਭਗ 20-22000 ਰੁਪਏ ਦੇ ਵਿੱਚ ਆਪਣਾ ਕੰਮ ਹੋ ਜਾਂਦਾ, ਮੌਕੇ 'ਤੇ ਆਪਣਾ ਘੱਟ ਨਾਲ ਵੀ ਸਰ ਸਕਦਾ। ਉਮੀਦ ਕਰਦੇ ਹਾਂ ਕਿਸਾਨ ਭਰਾਓ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ, ਹੋਰ ਕਿਸਾਨਾਂ ਨਾਲ ਵੀ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।